ਸਰਕਾਰੀ ਰਹੂਗਾ ਸਰਕਾਰੀ ਰਹੂਗਾ ਸਾਡੇ ਥਾਣੇ ਹੋ ਗਏ ਪ੍ਰਿੰਸੀਪਲ ਨੂੰ ਪੁੱਛੋ ਕੀ ਗੱਲ ਸਰਕਾਰ ਜੀ ਸਾਰਾ ਕੰਮ ਮੈਂ ਨੀ ਕਰ ਦਿੰਦਾ ਪ੍ਰਿੰਸੀਪਲ ਰੱਖਿਆ ਪੁਲਿਸ ਨੇ ਕੰਮ ਕਰ ਰਹੇ ਚੋਰੇ ਨੇ ਫੜਨੇ ਮੈਂ ਤੁਹਾਨੂੰ ਫੜਨੇ ਸਰਕਾਰੀ ਭਰਤੀ ਹੋਊਗੀ ਸਰਕਾਰੀ ਕਰ ਰਹੇ ਐਵੇਂ ਦਾ ਬਿਨਾਂ ਲੋੜ ਤੋਂ ਰੌਲਾ ਪੈ ਗਿਆ ਹੁਣ ਮੈਂ ਕਿਹਾ ਉਹਨਾਂ ਦੇ ਮੂੰਹ ਤੇ ਸੱਦੂਗਾ ਮੈਂ ਆ ਰਿਹਾ ਤੁਹਾਡੇ ਕਾਲਜ ਚਲਵਾ ਕੇ ਦਿੱਤੀ ਤੁਹਾਨੂੰ ਮੈਂ ਪੁੱਛੂਗਾ ਜਿਹੜੇ ਬੰਦੇ ਨੇ ਬੰਦ ਕਰਵਾਈ ਹੈ ਮੈਂ ਚਲਵਾ ਕੇ ਦਿੱਤੀ ਹੈ ਮੈਂ ਬੀਐਸਸੀ ਐਗਰੀਕਲਚਰ ਚਲਵਾ ਕੇ ਦਿੱਤੀ ਹੈ ਜੇ ਕਿਸੇ ਅਫਸਰ ਦੀ ਨਲਾਇਕੀ ਨਾ ਰਹੇਗੀ ਕਿਉਂ ਕਿਉਂ ਹੋਈ ਸਰਕਾਰ ਨੇ ਕੀਤੀ ਤੁਹਾਡੇ ਅਧਿਕਾਰੀ ਕੰਮ ਨਹੀਂ ਕਰ ਸਕੇ ਮੈਂ ਕਿਉਂ ਜਵਾਬ ਦੇਣਾ ਤੁਹਾਡਾ ਅਫਸਰ ਦੇ ਸਾਰੀ ਸਾਰੀ ਗੱਲ ਦਾ ਜਵਾਬ ਮੈਂ ਦੇਣਾ ਅਧਿਕਾਰੀਆਂ ਨੇ ਵੀ ਕੁਛ ਕਰਨਾ ਹੁੰਦਾ ਫਰੀਦਕੋਟ ਦੇ ਪ੍ਰੋਫੈਸਰਾਂ ਤੱਕ ਪਹੁੰਚ ਨਹੀਂ ਕਰ ਸਕੇ ਇਹ ਜਿਹੜੇ ਬੰਦੇ ਫ੍ਰੀ ਆਫ ਕੋਸਟ ਕੰਮ ਕਰਨ ਨੂੰ ਤਿਆਰ ਸੀਗੇ ਸਰਕਾਰੀ ਕੱਢੀ ਹੋਰ ਕੀ ਸੀ ਦੋ ਵਾਰੀ ਇਹਨਾਂ ਨੇ ਨੋਟਿਸ ਬੀਬਾ ਜੀ ਦੇਖੋ ਤੁਸੀਂ ਸਾਡੇ ਬੱਚੇ ਹੋ ਜਿਹੜਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਹੀ ਕਰਨਾ ਹੈ ਸਰਕਾਰ ਨੇ ਕਰਨਾ ਸਰਕਾਰੀ ਭਰਤੀਆਂ ਨਾਲ ਸਰ ਤੁਹਾਨੂੰ ਕੋਈ ਨੀ ਮੈਂ ਆ ਰਿਹਾ ਉੱਥੇ ਆ ਰਿਹਾ ਉੱਥੇ ਸਰ ਅਸੀਂ ਉੱਥੇ ਗੱਲ ਕਰਦੇ ਕੋਈ ਨੀ ਕੋਈ ਗੱਲ ਮੈਂ ਗੱਲ ਕਰ ਲਈ ਤੁਹਾਡੇ ਨਾਲ ਮੈਂ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰੂੰਗਾ ਉਹ ਸਾਰਾ ਕੁਛ ਹੋਊਗਾ ਪਰ ਕਿਸੇ ਦੇ ਕਹਿਣ ਨਾਲ ਕੁਛ ਨੀ ਹੁੰਦਾ ਤੁਹਾਡੇ ਮੂੰਹ ਤੇ ਗੱਲ ਕਰਾਂਗੇ ਬੇਟਾ ਇੱਕ ਮਿੰਟ ਮੇਰੀ ਗੱਲ ਸੁਣੋ ਕਿਸੇ ਦੇ ਭੜਕਾਵੇ ਵਿੱਚ ਨਾ ਆਵੋ ਐਵੇਂ ਕਿਸੇ ਦੀਆਂ ਉਂਗਲਾਂ ਤੇ ਨਾ ਚੜੋ ਤੁਹਾਡੇ ਅਫਸਰਾਂ ਨਾਲ ਤੁਹਾਡੇ ਪ੍ਰੋਫੈਸਰਾਂ ਨਾਲ ਉੱਥੇ ਤੁਹਾਡੇ ਮੂੰਹ ਤੇ ਗੱਲ ਹੋਊਗੀ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਐਮਐਲਏ ਦੀ ਅਸੀਂ ਜੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ 'ਚ ਬੀਐਸਸੀ ਐਗਰੀਕਲਚਰ ਜੋ ਬਿਰਜਿੰਦਰਾ ਕਾਲਜ ਵਿੱਚ ਲੰਮੇ ਸਮੇਂ ਤੋਂ ਚੱਲਦੀ ਸੀ ਪਿਛਲੇ ਸਾਲ ਇਹਨੂੰ ਦੁਬਾਰਾ ਚਲਾਇਆ ਗਿਆ ਸੀਗਾ ਅਤੇ ਅੱਜ ਉਹਨੂੰ ਫਿਰ ਜਿਹੜਾ ਸਲਫਨਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਇਹਨੂੰ ਪੰਜਾਬ ਸਰਕਾਰ ਨਹੀਂ ਚਲਾਉਣਾ ਚਾਹੁੰਦੀ ਇਹਨੂੰ ਕਾਲਜ ਆਪਦੇ ਪੱਧਰ 'ਤੇ ਸੈਲਫਨਾਸ ਤਰੀਕੇ ਨਾਲ ਚਲਾਵੇ ਇਹਦੇ ਵਿਰੋਧ ਵਿੱਚ ਜਿਹੜਾ ਅੱਜ ਅਸੀਂ ਬੀਐਸਸੀ ਐਗਰੀਕਲਚਰ ਨੂੰ ਸਰਕਾਰੀ ਕਰਾਉਣ ਦੀ ਮੰਗ 'ਤੇ ਐਮਐਲਏ ਦੇ ਘਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਇਹਦਾ ਇੱਕ ਕਾਰਨ ਇਹ ਆ ਕਿ ਬੀਐਸਸੀ ਐਗਰੀਕਲਚਰ ਦੀਆਂ ਜਿਹੜੀ ਜ਼ਰੂਰੀ ਸ਼ਰਤਾਂ ਸਰਕਾਰ ਪੂਰੀਆਂ ਨਹੀਂ ਕਰ ਰਹੀ ਹੈਗੀ ਨਾ ਤਾਂ ਲੈਬ ਦੀ ਜ਼ਰੂਰਤ ਜ਼ਮੀਨ ਦੀ ਜ਼ਰੂਰਤ ਜਿਹੜੀ ਬੀਐਸਸੀ ਐਗਰੀਕਲਚਰ ਨੂੰ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਦੇ ਅਧੀਨ ਕੀਤਾ ਜਾਣਾ ਚਾਹੀਦਾ ਸੀਗਾ ਯੂਨੀਵਰਸਿਟੀ ਦੇ ਅਧੀਨ ਕੀਤਾ ਜਾਣਾ ਚਾਹੀਦਾ ਸੀ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ ਉਹਨੂੰ ਸਰਕਾਰ ਅਧੀਨ ਨਹੀਂ ਕਰ ਰਹੀ ਅਤੇ ਇਹਨੂੰ ਜਿਹੜੀਆਂ ਜ਼ਰੂਰੀ ਸ਼ਰਤਾਂ ਉਹਨੂੰ ਜਾਣ ਬੁੱਝ ਕੇ ਪੂਰੀਆਂ ਨਹੀਂ ਕਰ ਰਹੀ ਨਾ ਇੱਥੇ ਜਿਹੜੇ ਟੀਚਰ ਭਰਤੀ ਕੀਤੇ ਜਾ ਰਹੇ ਆ ਇਹਨਾਂ ਮਾਮਲਿਆਂ 'ਤੇ ਜਿਹੜਾ ਅਸੀਂ ਅੱਜ ਕੁਛ ਦਿਨ ਪਹਿਲਾਂ ਮੰਗ ਪੱਤਰ ਵੀ ਦੇ ਕੇ ਗਏ ਸੀ ਪਰ ਸੇਖੋ ਸਾਹਿਬ ਜਿਹੜਾ ਗੁੰਡਾਗਰਦੀ ਵਾਲੀ ਭਾਸ਼ਾ ਇੱਥੇ ਵਰਤ ਕੇ ਗਏ ਆ
ਕਿ ਉਹ ਇਹ ਕਹਿ ਰਹੇ ਆ ਵੀ ਪੰਜਾਬ ਜਿਹੜਾ ਕਾਲਜ ਆਪਦੇ ਪੱਧਰ ਤੇ ਚਲਾ ਲਏ ਇਸ ਕੋਰਸ ਨੂੰ, ਕਾਲਜ ਜਿਹੜਾ ਆਪਦੇ ਪੱਧਰ ਤੇ ਸਰਕਾਰ ਜਿਹੜੀ ਉਹ ਟੀਚਰ ਭਰਤੀ ਕਰ ਲਏ ਤੇ ਆਪ ਹੀ ਇਸ ਕੋਰਸ ਨੂੰ ਚਲਾਵੇ। ਇਸ ਲਈ ਅਸੀਂ ਜਿਹੜਾ ਅੱਜ ਪ੍ਰਦਰਸ਼ਨ ਕਰ ਰਹੇ ਹਾਂ। ਜਿਹੜਾ ਪਿਛਲੇ ਸਾਲ BSC ਐਗਰੀਕਲਚਰ ਨੂੰ ਚਲਾਇਆ ਗਿਆ ਸੀਗਾ ਉਹ ਸਿਰਫ ਇਸ ਕਰਕੇ ਚਲਾਇਆ ਗਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਪਿਛਲੀ ਸਰਕਾਰ ਨੇ ਇਹ ਕੋਰਸ ਬੰਦ ਕੀਤਾ ਸੀ ਤਾਂ ਆਮ ਆਦਮੀ ਪਾਰਟੀ ਧਰਨਿਆਂ 'ਚ ਵੀ ਬੈਠਦੀ ਰਹੀ। ਇੱਥੋਂ ਦੇ ਜਿਹੜੇ MLA ਆ, ਮੌਜੂਦਾ MLA, ਉਸ ਧਰਨੇ ਵਿੱਚ ਜਿਹੜੇ ਭੁੱਖ ਹੜਤਾਲ ਤੱਕ ਵੀ ਬੈਠਦੇ ਰਹੇ ਆ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਇਸ ਕੋਰਸ ਨੂੰ ਚਲਾਵਾਂਗੇ। ਇਹ ਉਹ ਆਪਦੇ ਜਿਹੜੇ ਵਾਅਦੇ ਤੋਂ ਭੱਜੇ ਆ, ਅੱਜ ਉਹਨਾਂ ਨੂੰ ਇਹ ਯਾਦ ਕਰਾਉਣ ਆਏ ਅਸੀਂ ਵੀ ਇਹ ਉਹੀ ਕੋਰਸ ਆ ਜਿਹਦੇ 'ਤੇ ਤੁਸੀਂ ਭੁੱਖ ਹੜਤਾਲ ਕੀਤੀ, ਜਿੱਥੇ ਤੁਸੀਂ ਰਾਜਨੀਤੀ ਕਰਦੇ ਰਹੇ ਜਿਸ ਕੋਰਸ 'ਤੇ, ਅੱਜ ਉਸ ਕੋਰਸ ਨੂੰ ਬੰਦ ਕਰ ਰਹੇ ਹਾਂ। ਜਦੋਂ ਪਿਛਲੀ ਸਰਕਾਰ ਨੇ ਪ੍ਰੋਫੈਸਰ ਵੀ ਕੱਢਤੀ ਸੀ, ਕੋਰਸ ਵੀ ਬੰਦ ਕਰਤਾ ਸੀਗਾ, ਉਦੋਂ ਇਹ ਧਰਨਿਆਂ 'ਚ ਸ਼ਮੂਲੀਅਤ ਕਰਦੇ ਰਹੇ ਅਤੇ ਭਾਸ਼ਣ ਕਰਦੇ ਰਹੇ ਕਿ ਸਾਡੀ ਸਰਕਾਰ ਵੇਲੇ ਇਹੋ ਜਿਹੀ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ। ਅਤੇ ਜਦੋਂ ਸਰਕਾਰ ਸੱਤਾ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸੱਤਾ 'ਚ ਸਰਕਾਰ ਆਈ ਤਾਂ ਉਦੋਂ ਲੋਕਾਂ ਦਾ ਪ੍ਰੈਸ਼ਰ ਸੀ ਇਹਨਾਂ 'ਤੇ ਵੀ ਐਗਰੀਕਲਚਰ ਨੂੰ ਦੁਬਾਰਾ ਚਲਾਓ। ਉਸ ਪ੍ਰੈਸ਼ਰ ਦੇ ਸਦਕਾ ਇਹਨਾਂ ਨੇ ਐਗਰੀਕਲਚਰ ਨੂੰ ਚਲਾਇਆ, ਪਰ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਅਤੇ ਸਰਕਾਰ ਨੇ ਆਪਦਾ ਰੰਗ ਦਿਖਾਤਾ, ਉਹ ਨਹੀਂ ਚਲਾਉਣਾ ਚਾਹੁੰਦੀ ਇਸ ਕੋਰਸ ਨੂੰ ਬਾਕੀ ਸਰਕਾਰਾਂ ਦੀ ਤਰ੍ਹਾਂ, ਇਹਨੂੰ ਪ੍ਰਾਈਵੇਟ ਕਰਨ ਜਿਹੜੀ ਉਹ ਸ਼ਰਤ ਜਿਹੜੀ ਉਹ ਲਾ ਦਿੱਤੀ ਹੈ। ਇਹਦਾ ਨੁਕਸਾਨ ਇਹ ਆ ਜੀ ਕਿ ਸਰਕਾਰੀ ਕਾਲਜ ਦੇ ਵਿੱਚ ਜਿਹੜੇ ਸੈਲਫ ਫਾਇਨਾਂਸ ਕੋਰਸ ਚੱਲਦੇ ਆ ਉਹਨਾਂ ਨੂੰ ਹੋਰ ਬੜਾਵਾ ਮਿਲੂਗਾ ਅਤੇ ਜਿਹੜੀ ਸਰਕਾਰੀ ਸੰਸਥਾਵਾਂ ਉਹਨਾਂ ਦਾ ਭੋਗ ਪਊਗਾ, ਕਿਉਂਕਿ ਸੈਲਫ ਫਾਇਨਾਂਸ ਦਾ ਮਤਲਬ ਇਹ ਹੁੰਦਾ ਕਿ ਜਿੰਨੇ ਵੀ ਸੋਰਸ ਆ ਕਾਲਜ ਆਪ ਪੈਦਾ ਕਰੇ। ਜੇ ਟੀਚਰ ਭਰਤੀ ਕਰਨੇ ਆ ਤਾਂ ਟੀਚਰ ਦੀ ਤਨਖਾਹ ਦੇਣੀ ਆ ਉਹ ਕਾਲਜ ਆ ਫੀਸਾਂ 'ਚੋਂ ਕੱਢੇ। ਜੇ ਕੋਈ ਲੈਬ ਦੀ ਦਿੱਕਤ ਆ ਜਾਂ ਕੋਈ ਬਿਲਡਿੰਗ ਦੀ ਜਾਂ ਕੋਈ ਪੱਖੇ ਦੀ ਜਾਂ ਕੋਈ ਬੈਂਚ ਦੀ ਆ, ਉਹ ਸਾਰਾ ਖਰਚਾ ਇੱਥੋਂ ਕਿ ਬਿਜਲੀ ਤੱਕ ਦਾ ਖਰਚਾ ਸਾਰਾ ਖਰਚਾ ਜਿਹੜਾ ਉਹ ਕਾਲਜ ਆਪਦੇ ਪੱਧਰ 'ਤੇ ਕਰੂਗਾ। ਅਤੇ ਇਹਦਾ ਮਤਲਬ ਇਹ ਆ ਕਿ ਸੋਰਸ ਕਾਲਜ ਕੋਲ ਇੱਕੋ ਹੁੰਦਾ ਫੀਸਾਂ, ਇਹਦਾ ਮਤਲਬ ਆ ਵੀ ਫੀਸਾਂ ਵਧਣਗੀਆਂ, ਫੰਡ ਵਧਣਗੇ ਅਤੇ ਉਹ ਵੱਡੀ ਗਿਣਤੀ ਵਿੱਚ ਲੱਖਾਂ ਰੁਪਏ ਦੀ ਫੀਸ ਹੋਊਗੀ ਤਾਂ ਹੀ ਇੰਨਾ ਖਰਚਾ ਜਿਹੜਾ ਉਹ ਚਲਾਇਆ ਜਾ ਸਕਦਾ। ਸਰਕਾਰੀ ਜਿਹੜਾ ਕੋਰਸ ਹੋਊਗਾ ਤਾਂ ਸਰਕਾਰ ਉਹਨਾਂ ਨੂੰ ਸਰਕਾਰ ਨੂੰ ਫੰਡ ਵੀ ਦੇਣਾ ਪੈਂਦਾ, ਟੀਚਰਾਂ ਨੂੰ ਤਨਖਾਹ ਵੀ ਦੇਣੀ ਪੈਂਦੀ ਆ, ਇਸ ਗੱਲ ਤੋਂ ਉਹ ਭੱਜ ਰਹੇ ਆ, ਇਸੇ ਕਰਕੇ ਇਹਨੂੰ ਪ੍ਰਾਈਵੇਟ ਕੀਤਾ ਜਾ ਰਿਹਾ। ਪ੍ਰਿੰਸੀਪਲ ਨੇ ਕਿਹਾ ਸੀਗਾ ਕਿ ਕੁਝ ਸਮੇਂ ਦੇ ਲਈ ਹੈ, ਜਦੋਂ ਅਸੀਂ ਸ਼ਰਤਾਂ ਪੂਰੀਆਂ ਕਰ ਲਾਂਗੇ ਤਾਂ ਸਕੀਮ ਵਾਪਸ ਲੈ ਲਈ ਜਾਊਗੀ, ਕੀ ਲੱਗਦਾ ਅਜਿਹਾ ਹੋਊਗਾ? ਦੇਖੋ ਇਹ 'ਚ ਜ਼ਰੂਰਤਾਂ ਜਿਹੜੀਆਂ ਸ਼ਰਤਾਂ ਜਿਹੜੀਆਂ ਸਰਕਾਰ ਨੇ ਲਾਈਆਂ ਉਹ ਸ਼ਰਤਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਵੀ ਜੇ ਸਰਕਾਰ ਉਹਨੂੰ ਪੂਰੀਆਂ ਕਰੂਗੀ। ਇਹ ਸਾਰੀ ਗੱਲ ਸਰਕਾਰ 'ਤੇ ਖੜੀ ਹੈ, ਕਾਲਜ ਸ਼ਰਤਾਂ ਨਹੀਂ ਪੂਰੀਆਂ ਕਰ ਸਕਦਾ। ਕਾਲਜ ਨੇ ਜਿਹੜੀ ਉਹ ਜਿੰਨੀਆਂ ਲੈਬਾਂ ਚਾਹੀਦੀਆਂ ਸੀ ਉਹਦਾ ਮੈਪ ਬਣਾ ਕੇ ਸਰਕਾਰ ਨੂੰ ਦਿੱਤਾ ਹੋਇਆ, ਪਰ ਸਰਕਾਰ ਨੇ ਜਿਹੜਾ ਬੰਦ ਦਾ ਫੰਡ ਉਹ ਜਾਰੀ ਨਹੀਂ ਕੀਤਾ ਹੋਇਆ। ਜਿਹੜਾ ਭਰਤੀਆਂ ਵਾਲੀ ਗੱਲ ਆ ਉਹ ਵੀ ਸਰਕਾਰ 'ਤੇ ਖੜੀ ਹੈ, ਜੇ ਸਰਕਾਰ ਪੋਸਟਾਂ ਕੱਢੂਗੀ ਭਰਤੀ ਪ੍ਰੋਫੈਸਰਾਂ ਦੀ ਹੋਊਗੀ ਤਾਂ ਹੀ ਇਹ ਕੋਰਸ ਚੱਲਣਾ। ਸਾਰੀ ਜੇ ਜ਼ਮੀਨ ਘੱਟ ਆ ਤਾਂ ਉਹ ਵੀ ਸਰਕਾਰ ਨੇ ਕਰਨੀ ਹੈ, ਜੇ ਖੇਤੀਬਾੜੀ ਅਧੀਨ ਇਸ ਕੋਰਸ ਨੂੰ ਕਰਨਾ ਤਾਂ ਉਹ ਵੀ ਸਰਕਾਰ ਨੇ ਕਰਨਾ। ਇੱਥੇ ਕਾਲਜ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ। ਸਰਕਾਰ ਜਲ ਦੀ ਮੰਗਾਂ ਨਹੀਂ ਮੰਨੀ ਜਾਂਦੀ, ਤਾਂ ਤੁਹਾਡਾ ਅਗਲਾ ਸੰਘਰਸ਼ ਕੀ ਹੈ? ਅਸੀਂ ਅੱਜ ਇੱਕ ਸੰਕੇਤਕ ਧਰਨਾ ਲਾ ਕੇ ਜਿਹੜਾ ਉਹ ਇੱਥੇ ਮੰਗ ਪੱਤਰ ਟਾਈਪ ਦੇਣ ਆਏ ਹਾਂ, ਪਰ ਸਾਡਾ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤਿੱਖਾ ਹੋਊਗਾ। ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਸੰਘਰਸ਼ ਨੂੰ ਲੰਮਾ ਚਲਾਵਾਂਗੇ ਅਤੇ ਵੱਡੀ ਗਿਣਤੀ ਵਿਦਿਆਰਥੀਆਂ ਦੀ ਜਿਹੜਾ ਅੰਦੋਲਨ ਕਰੂਗੀ ਜਿੰਨਾ ਟਾਈਮ ਇਸ ਖੇਤੀਬਾੜੀ ਦੀ ਪੜ੍ਹਾਈ ਨੂੰ ਸਰਕਾਰੀ ਨਹੀਂ ਕੀਤਾ ਜਾਂਦਾ।